ਹਾਂਜੀ ਕਿੱਦਾਂ ਫਿਰ, ਵੈਲਕਮ ਬੈਕ ਟੂ ਦੀ ਚੈਨਲ ਗਾਇਜ਼, ਦਿਸ ਇਜ਼ ਅਮਨ ਔਜਲਾ ਲਾਈਵ, ਇੱਥੇ ਮੈਂ ਰਿਐਕਸ਼ਨ ਵੀਡੀਓਜ਼ ਬਣਾਉਂਦਾ। ਹਾਂ, ਮੈਂ ਭੁੱਲਿਆ ਨਹੀਂ ਸੀ ਪਾਸਵਰਡ, ਮੈਂ ਦੁਬਈ ਗਿਆ ਹੋਇਆ ਸੀ ਅਤੇ ਉੱਥੋਂ ਦੇ ਪੋਡਕਾਸਟ ਮੇਨ ਚੈਨਲ 'ਤੇ ਆ ਰਿਹਾ, ਉਹ ਵੀ ਦੇਖ ਲਿਓ ਸਾਰੇ ਪੋਡਕਾਸਟ, ਦੋ ਕੁ ਰਹਿ ਗਏ, ਦੋ ਕੁ ਆ ਗਏ ਨੇ। ਸੋ ਆ ਗਿਆ ਵਾਪਸ ਹੁਣ ਯਾਰ ਮਾਰਚ ਮਹੀਨਾ, ਆਪਾਂ ਇਹ ਪ੍ਰਣ ਲੈ ਲਿਆ ਵਾ, ਪ੍ਰੋਮਿਸ ਕਰਦਾ ਮੈਂ ਸਾਰਿਆਂ ਨੂੰ ਕਿ ਰੋਜ਼ ਇੱਕ ਵੀਡੀਓ ਆਇਆ ਕਰੂਗੀ, ਸਵੇਰੇ ਆਇਆ ਕਰੂਗੀ ਅਤੇ ਤੁਹਾਨੂੰ ਇੱਕ ਰਿਐਕਸ਼ਨ ਵੀਡੀਓ ਮਿਲਿਆ ਕਰੂਗੀ, ਤੁਹਾਡਾ ਵੀ ਟਾਈਮ ਪਾਸ ਹੋ ਜਾ ਕਰੂਗਾ ਅਤੇ ਮੇਰਾ ਵੀ ਕੰਟੈਂਟ ਸ਼ੂਟ ਹੋ ਜਾ ਕਰੂਗਾ। ਠੀਕ ਹੈ, ਚਲੋ ਵਿਦਾਊਟ ਵੇਸਟਿੰਗ ਟਾਈਮ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਬਿਲਕੁਲ ਬੋਰ ਨਹੀਂ ਕਰਨਾ ਤੁਹਾਨੂੰ, ਮਜ਼ਾ ਆਊਗਾ ਤੁਹਾਨੂੰ ਅੱਜ ਦੀ ਵੀਡੀਓ ਦੇਖ ਕੇ। ਇੱਕ ਘੈਂਟ ਘੈਂਟ ਰੀਲਾਂ ਸੇਵ ਕੀਤੀਆਂ ਤੁਹਾਡੇ ਲਈ ਅਤੇ ਸਟਾਰਟ ਕਰਦੇ ਹਾਂ ਫਸਟ ਰੀਲ। ਕੌਣ ਕੌਣ ਸੋਨਮ ਬਾਜਵਾ ਦਾ ਫੈਨ ਆ ਯਾਰ, ਥੱਲੇ ਕਮੈਂਟ ਕਰਿਓ ਕਿੱਦਾਂ ਕਿੱਦਾਂ ਨਾ ਉਹਨੂੰ ਦਾਰੂ ਪੀਣ ਵਾਲਾ ਬੰਦਾ ਚਾਹੀਦਾ ਸੋਨਮ ਬਾਜਵਾ, ਉਹਨੂੰ ਕਿੰਨੀਆਂ ਰੀਲਾਂ ਟੈਗ ਹੁੰਦੀਆਂ ਯਾਰ। ਆਪਣੇ ਕੋਲ ਜੀ ਖਾਨ ਭਾਜੀ ਆਏ ਸੀ, ਉਹਨਾਂ ਦੀ ਰੀਲ ਕਿੰਨੀ ਚੱਲੀ ਸੀ ਨਾ ਸੋਨਮ ਬਾਜਵਾ ਲਈ, ਅਤੇ ਪਲੇ ਕਰਕੇ ਦੇਖਾਂ ਉਹ ਰੀਲ ਮੈਂ। ਆਹ ਵਾ ਕਿਹੜੀ ਹੀਰੋਇਨ ਜਾਊਂਗੀ ਤੁਸੀਂ ਕਾਸਟ ਕਰਨਾ ਹੋਵੇ? ਸੋਨਮ ਬਾਜਵਾ ਉਹ ਪੱਟਣ ਨੂੰ ਫਿਰਦਾ ਸੋਨਮ ਬਾਜਵਾ, ਕਹਿੰਦਾ ਮੇਰੇ ਕੋਲ ਜ਼ਮੀਨ ਲੱਗਦੀ ਆ 3 ਕਰੋੜ ਦੀ, 2.5-3 ਕਰੋੜ, ਕਹਿੰਦਾ ਮੈਂ ਸਾਰੀ ਵੇਚ ਦੂੰ। ਅਸੀਂ ਉਦੋਂ ਹੀ ਤੁਰੇ ਫਿਰਦੇ ਹਾਂ, ਕਈ ਨਾ ਚੀਜ਼ਾਂ ਰੈਂਡਮ ਗੱਲਾਂ ਹੋ ਜਾਂਦੀਆਂ, ਉਹਦੀ ਬਹੁਤ ਰੀਲਸ ਚੱਲਦੀਆਂ ਨੇ, ਥੱਲੇ ਕਮੈਂਟ ਵੀ ਕਿੰਨਾ ਦੇ ਆਏ ਹੋਏ ਆ। ਸੋਨਮ ਬਾਜਵਾ ਸਾਨੂੰ ਲੱਗਿਆ ਹੀ, ਸੋਨਮ ਬਾਜਵਾ ਨੇ ਵੀ ਦੇਖ ਲਈ ਹੋਣੀ ਆ ਵੈਸੇ ਰੀਲ, 4-5 ਮਿਲੀਅਨ ਹੋ ਗਿਆ। ਚਲੋ ਆ ਜਾਓ ਬੈਕ ਟੂ ਪਵੀਲੀਅਨ, ਆਪਾਂ ਸੇਵ ਕੀਤੀਆਂ ਤੁਹਾਡੇ ਲਈ ਛਾਂਟ ਕੇ ਰੀਲਾਂ। ਯਾਰ ਕਈ ਲੋਕ ਨਾ ਆਰਟ ਵਰਕ ਬਹੁਤ ਸੋਹਣਾ ਕਰਦੇ ਆ ਨਾ, ਆਹ ਚੱਕ ਲਈਆਂ ਪੈਨਸਲਾਂ 1-2-3-4-5-6 ਪੈਨਸਲਾਂ, ਘੜ ਲਈਆਂ ਪੈਨਸਲਾਂ, ਉਦੋਂ ਸ਼ਾਰਪਨਰ ਹੁੰਦੇ ਸੀ, ਹੁਣ ਪੈਨਸਲਾਂ ਦਾ ਵੀ ਆਰਟ ਵਧੀਆ ਹੋ ਜਾਂਦਾ ਯਾਰ। ਕੁਛ ਤਾਂ ਆਰਟਿਸਟ ਇੰਨੇ ਘੈਂਟ ਨੇ ਨਾ, ਰੀਅਲਿਸਟਿਕ ਹੀ ਕਰਦੇ ਆ, ਇਹ ਬਣਾ ਰਿਹਾ ਅੱਖ। ਯਾਰ ਬਹੁਤ ਟਫ ਕੰਮ ਆ ਨਾ, ਇੱਕ ਮੈਨੂੰ ਲੱਗਦਾ ਬਹੁਤ ਪੇਸ਼ੈਂਸ ਵਾਲਾ ਕੰਮ ਆ, ਜਿਹੜੇ ਜਿਹੜੇ ਆਰਟਿਸਟ ਨੇ ਜਾਂ ਕੋਈ ਪੇਂਟਿੰਗ ਕਰਦੇ ਨੇ ਜਾਂ ਡੂਡਲਸ ਬਣਾਉਂਦੇ ਨੇ, ਅੱਜ ਕੱਲ੍ਹ ਬਹੁਤ ਵਧੀਆ ਪ੍ਰੋਫੈਸ਼ਨ ਹੈਗਾ ਵਾ, ਸੋ ਪਰਸਿਊ ਕਰ ਸਕਦੇ ਨੇ ਆਰਟ ਫੀਲਡ 'ਚ। ਪੈਸਾ ਥੋੜ੍ਹਾ ਲੇਟ ਹੁੰਦਾ ਵਾ, ਮਿਹਨਤ ਜ਼ਿਆਦਾ ਲੱਗਦੀ ਹੈ, ਲੇਕਿਨ ਜਦੋਂ ਪੈਸਾ ਆਉਂਦਾ ਵਾ ਆਰਟਿਸਟ ਲਾਈਫ 'ਚ ਤਾਂ ਖੂਬ ਵਧੀਆ ਤਰੀਕੇ ਨਾਲ ਆਉਂਦਾ ਵਾ। ਕਿੰਨੀ ਸੋਹਣੀ ਅੱਖ ਬਣਾਈ ਹੈ ਯਾਰ, ਮਤਲਬ ਅੱਖ ਵਿੱਚ ਜਿਹੜਾ ਨੇ ਉਹ ਬਣਾਇਆ ਨਹੀਂ ਹੋਇਆ ਆਪਣਾ, ਰਿਫਲੈਕਸ਼ਨ ਕਿੰਨੀ ਓਰਿਜਨਲ ਜੀ ਲੱਗਦੀ ਆ, ਤਾਂ ਸਲਿਊਟ ਆ ਯਾਰ। ਇੱਦਾਂ ਜਿਹੜੇ ਜਿਹੜੇ ਆਰਟਿਸਟ ਆ, ਮੈਂ ਸਾਰਿਆਂ ਨੂੰ ਸਲਿਊਟ ਕਰਦਾ ਜਿਹੜੇ ਜਿਹੜੇ ਬਣਾਉਂਦੇ ਨੇ, ਅਤੇ ਕਾਫੀ ਜਾਣੇ ਮੈਨੂੰ ਟੈਗ ਵੀ ਕਰਦੇ ਹੁੰਦੇ ਆ ਮੇਰੀ ਫੋਟੋ ਪੋਰਟਰੇਟ ਬਣਾ ਕੇ, ਤਾਂ ਉਹ ਮੇਰਾ ਇੱਕ ਹਾਈਲਾਈਟ 'ਤੇ ਇੰਸਟਾਗ੍ਰਾਮ 'ਤੇ ਬਣਾਇਆ ਹੋਇਆ, ਉਹ ਵੀ ਦੇਖਿਓ ਜਾ ਕੇ। ਸੋ ਨਾਈਸ ਯਾਰ, ਕਿੰਨਾ ਰੀਅਲਿਸਟਿਕ ਲੱਗ ਰਿਹਾ ਯਾਰ, ਘੈਂਟ। ਲਓ ਜੀ, ਅੱਜ ਬਣਨ ਲੱਗਿਆ ਵਾ ਮਸ਼ਰੂਮ, ਆਪਣੇ ਕੋਲ ਵੀ ਮਸ਼ਰੂਮ ਪਏ ਆ ਨਾ, ਖਰਾਬ ਨਾ ਹੋ ਜਾਣ, ਬਣਾ ਲਿਓ ਯਾਰ। ਆਹ ਮਸ਼ਰੂਮ ਵਾਲੀ ਵੀਡੀਓ ਆਈ ਨਾ, ਫਰਿੱਜ 'ਚ ਇੰਨਾ ਕੁਛ ਲਿਆ ਕੇ ਰੱਖੀ ਦਾ, ਖਾਂਦੇ ਨਹੀਂ ਹੈਗੇ। ਜਿਹੜੇ ਪੇਰੈਂਟਸ ਦੇਖਦੇ ਤੁਸੀਂ ਵੀ ਫਲ ਫਰੂਟ ਲਿਆ ਕੇ ਲਿਆਉਂਦੇ ਹੋ, ਬੱਚੇ ਨਹੀਂ ਖਾਂਦੇ, ਨਾਲ ਫੋਨਾਂ 'ਤੇ ਲੱਗੇ ਰਹਿੰਦੇ ਨੇ, ਆ ਤੁਸੀਂ ਵੀ ਤਾਂ ਟੀ ਵੀ 'ਤੇ ਲੱਗੇ ਹੋ। ਅੱਛਾ, ਕੌਣ ਕੌਣ ਐੱਲ ਈ ਡੀ 'ਤੇ ਦੇਖ ਰਿਹਾ ਅਤੇ ਕੌਣ ਕੌਣ ਫੋਨ 'ਚ ਦੇਖ ਰਿਹਾ, ਥੱਲੇ ਕਮੈਂਟ ਕਰ ਦਿਓ ਯਾਰ, 2 ਮਿੰਟ 'ਚ ਕਰ ਦਿਓ ਰਿਮੋਟ ਫੜ ਕੇ। ਜਿਹੜਾ ਐੱਲ ਈ ਡੀ 'ਤੇ ਕਰ ਰਿਹਾ ਉਹਨੂੰ ਥੋੜ੍ਹਾ ਟਾਈਮ ਲੱਗੂਗਾ, ਕਮੈਂਟ ਕਰ ਦਿਓ ਵੀ ਐੱਲ ਈ ਡੀ ਤੋਂ, ਜਿਹੜਾ ਫੋਨ 'ਚ ਕਰ ਰਿਹਾ ਉਹ ਲਿਖ ਦਿਓ ਫੋਨ ਤੋਂ, ਤਾਂ ਮੈਨੂੰ ਪਤਾ ਲੱਗ ਜਾਊ ਵੀ ਰੇਸ਼ੋ ਕਿੰਨੀ ਕੁ ਚੱਲਦੀ ਪਈ ਅੱਜ ਕੱਲ੍ਹ। ਤਾਂ ਸਾਰੇ ਪੇਰੈਂਟਸ ਨਾਲ ਫੈਮਿਲੀ ਵਾਲਾ ਇਹ ਆਪਣਾ ਚੈਨਲ ਅਮਨ ਔਜਲਾ ਲਾਈਵ, ਵੈਸੇ ਮੇਨ ਚੈਨਲ ਵੀ ਆ ਵੀ, ਫੈਮਿਲੀ ਬੇਸਡ ਹੀ ਕੰਟੈਂਟ ਹੁੰਦਾ, ਸਾਰੇ ਦੇਖ ਸਕਦੇ ਹੋ। ਅੱਛਾ, ਮੈਂ ਡਿਸਟਰਬ ਨਹੀਂ ਕਰ ਰਿਹਾ, ਮੈਂ ਰੀਲ ਪਲੇ ਕਰ ਰਿਹਾ, ਮੈਨੂੰ ਪਤਾ ਤੁਸੀਂ ਡਿਸਟਰਬ ਹੋ ਜਾਂਦੇ ਹੋ। ਬਣਦਾ ਪਿਆ ਮੱਖਣ ਪਾਤਾ ਜੀ, ਆਹ ਚੱਕ ਮਸ਼ਰੂਮ ਸਿੱਟ 'ਤੇ, ਪਹਿਲਾਂ ਗਾਰਲਿਕ ਪਾਇਆ ਸੀ ਉੱਤੇ, ਪਤਾ ਲੂਣ ਲੈ ਵੀ, ਕਾਲੀ ਮਿਰਚ ਕਾ ਤੜਕਾ, ਅੰਗ ਅੰਗ ਫੜਕਾ, ਇਹਨੂੰ ਕੂੰਡੀ ਕਹਿੰਦੇ ਆ ਨਾ, ਕੂੰਡੀ ਮਤਲਬ ਕੂੰਡੀ ਕਹਿੰਦੇ ਆ ਸ਼ਾਇਦ, ਮੈਨੂੰ ਲੱਗਦਾ। ਆਹ ਪਾਤੀ ਕਰੀਮ, ਕਰੀਮ ਯਾਰ ਫੈਟੀ ਹੋ ਗਿਆ ਅੱਜ ਕੱਲ੍ਹ, ਫੈਟ ਇੰਨਾ ਖਾਣਾ ਨਹੀਂ ਚਾਹੀਦਾ, ਲੇਕਿਨ ਕਦੇ ਕਦੇ ਕਰੀਮ ਵਾਲਾ ਖਾ ਲਈਦਾ। ਮਸ਼ਰੂਮ ਮਟਰ, ਮਸ਼ਰੂਮ ਮਟਰ ਬਣਾ ਸਕਦੇ, ਨਾਲ ਮਟਰ ਪਾ ਸਕਦੇ ਸੀਗੇ। ਕਮੈਂਟ ਕਿਉਂ ਨਹੀਂ ਹੈਗੇ ਕੋਈ? ਹੈਗੇ ਆ, ਜਿਸਨੇ ਆਪਣਾ ਕੋਲੈਸਟ੍ਰੋਲ ਇਨਕਰੀਜ਼ ਕਰਨਾ ਹੈ ਉਹ ਖਾਓ ਇਸਕੋ, ਪੰਜਾਬੀ ਫੂਡ ਤੋਂ ਬਗੈਰ ਰਹਿ ਨਹੀਂ ਸਕਦੇ ਨਾ ਯਾਰ, ਹਾਰਟ ਅਟੈਕ। ਬੈਸਟ ਰੈਸਪੀ ਮਾਊਥ ਵਾਟਰਿੰਗ, ਆਈ ਨੋ ਇਟਸ ਵੈਰੀ ਵੈਰੀ ਟੇਸਟੀ, ਟੂ ਮੈਨੀ ਕੈਲੋਰੀਜ਼। ਆਹ ਜਿਹੜੇ ਲਿਖਦੇ ਨਾ ਟੂ ਮੈਨੀ ਕੈਲੋਰੀਜ਼, ਕੋਲੈਸਟ੍ਰੋਲ, ਇਹ ਆਪ ਜਾ ਕੇ ਉੱਥੇ ਰੇਹੜੀ 'ਤੇ ਮੋਮੋਸ ਖਾ ਰਹੇ ਹੁੰਦੇ, ਉੱਤੋਂ ਕਹਿੰਦੇ ਨੇ ਬਈਆ ਜੀ ਔਰ ਚਟਨੀ ਡਾਲ ਦਿਓ,
ਬਾਈ ਯਾਰ ਮੈਗੀ ਹੈਗੀ ਆ? ਮੈਗੀ ਬਾਈ 2 ਮਿੰਟ ਬਾਈ, ਇਹ ਖਾਣ ਪੀਣ ਦੀਆਂ ਰੀਲਾਂ ਹੀ ਆਈ ਜਾਂਦੀਆਂ ਬਾਈ। ਯਾਰ ਮੈਗੀ ਤਾਂ ਹੈ ਨਹੀਂ। ਅੱਛਾ ਬਾਈ ਚੱਲ ਯਾਰ ਮੈਂ ਜਾਣਾ ਫਿਰ। ਅੱਛਾ ਕਿਸੇ ਨੇ ਕਦੇ ਦੁਕਾਨ ਤੋਂ ਕੋਈ ਚੀਜ਼ ਚੋਰੀ ਕੀਤੀ ਆ? ਮਤਲਬ ਵੈਸੀ, ਮਤਲਬ ਇੱਕ ਤਾਂ ਹੁੰਦਾ ਨਾ ਉਈ ਅਸੀਂ ਜਾਣਾ ਅਸੀਂ ਹੱਟੀ ਤੇ ਜਾਣਾ ਉੱਥੇ ਉਹ ਚਾਚਾ ਉਹ ਸੌਦਾ ਪੈਕ ਕਰਦੇ ਆ ਘਰ ਦੇ ਨਾਲ ਡੱਬਾ ਖੋਲ ਕੇ ਭੁਜੀਆ ਖਾਈ ਜਾਣਾ ਉੱਥੇ ਖੜੇ ਖੜੇ, ਕਿਉਂਕਿ ਉਹ ਕਿ ਫੈਮਲੀ ਵਾਲਾ ਹਰ ਇੱਕ ਦੇ ਘਰ ਦੇ ਨੇੜੇ ਨਾ ਕਰਿਆਨੇ ਵਾਲਾ ਹੁੰਦਾ ਜਿਹਨਾਂ ਦਾ ਪਿਆਰ ਮੋਹ ਹੁੰਦਾ ਵਾ, ਉੱਦਾਂ ਟੋਫੀ ਚੱਕ ਲਈ ਇਹ ਚੱਕ ਲਿਆ, ਲੇਕਿਨ ਇਹਨੇ ਤਾਂ 3 ਡੱਬੇ ਚੱਕ ਲਏ, ਮੂੰਗਫਲੀ ਚੱਕ ਲਈ, ਪਤਾ ਨਹੀਂ ਕਿਹੜੇ ਪਤੰਦਰ ਨੇ। ਘਰ ਚਾਹੇ ਤੁਹਾਡਾ ਜਿੰਨਾ ਮਰਜ਼ੀ ਵੱਡਾ, ਕਮਰੇ ਜਿੰਨੇ ਮਰਜ਼ੀ ਵੱਡੇ ਬਣੇ ਪਏ, ਅਲਮਾਰੀਆਂ ਜਿੰਨੀਆਂ ਮਰਜ਼ੀ ਬਣੀਆਂ ਵੀਆਂ, ਜੋ ਮਰਜ਼ੀ ਬਣਿਆ ਵਾ ਘਰੇ, ਪਰ ਜੇ ਤੁਸੀਂ ਫਰਿੱਜ ਤੇ ਸਮਾਨ ਨਹੀਂ ਨਾ ਰੱਖਦੇ ਠੀਕ ਹੈ ਜੀ, ਫਿਰ ਤੁਸੀਂ ਪੰਜਾਬੀ ਨਹੀਂ। ਕਿਹਦਾ ਕਿਹਦੇ ਘਰੇ ਫਰਿੱਜ ਹੈ? ਸਾਰਿਆਂ ਦੀ ਫਰਿੱਜ ਹੋਣਾ ਅੱਜ ਕੱਲ੍ਹ, ਲੇਕਿਨ ਕਿੰਨੇ ਕਿੰਨੇ ਮਤਲਬ ਫਰਿੱਜ ਜਾ ਕੇ ਦੇਖਿਓ ਬਈ ਉੱਪਰ, ਜੇ ਤਾਂ ਤੁਹਾਡੇ ਘਰੇ ਸਫਾਈ ਮਤਲਬ ਫਰਿੱਜ ਦੇ ਉੱਤੇ ਕੋਈ ਸਮਾਨ ਨਹੀਂ ਹੈਗਾ, ਤੁਸੀਂ ਹੈਗੇ ਹੋ ਆਊਟ ਆਫ ਦੀ ਵਰਲਡ, ਮਤਲਬ ਤੁਸੀਂ ਅਲੱਗ ਹੋ, ਏਲੀਅਨ ਹੋ। ਜੇ ਜਿਹਦੇ ਜਿਹਦੇ ਘਰੇ ਫਰਿੱਜ ਉੱਤੇ ਸਮਾਨ ਮਿਲਦਾ ਤੁਸੀਂ ਨੋਰਮਲ ਹੋ, ਤੁਸੀਂ ਮਿਡਲ ਕਲਾਸ ਹੋ, ਨੋਰਮਲ ਹੋ ਬਈ, ਆਪਣੇ ਵਰਗੇ ਹੋ, ਨੋਰਮਲ ਹੋ ਤੁਸੀਂ। ਅਕਸਰ ਫਰਿੱਜ 'ਤੇ ਸਮਾਨ ਮਿਲਦਾ ਹੀ ਹੈ, ਨਾਲੇ ਮਿਲਦਾ ਵੀ ਇੱਦਾਂ ਦਾ ਨਾ, ਦਵਾਈਆਂ ਪਈਆਂ ਹੋਈਆਂ, ਫੋਟੋਆਂ ਪਈਆਂ ਹੋਈਆਂ, ਅਤੇ ਇੱਕ ਇੱਦਾਂ ਦਾ ਸਮਾਨ ਹੁੰਦਾ ਜਿਹੜਾ ਪਿਛਲੇ 2-3 ਸਾਲਾਂ ਤੋਂ ਉੱਥੇ ਪਿਆ ਹੁੰਦਾ, ਉਹ ਕੋਈ ਕੰਮ ਨਹੀਂ ਹੁੰਦਾ, ਬਸ ਪਿਆ ਵਾ ਉੱਥੇ ਫਰਿੱਜ ਉੱਤੇ। ਤਾਂ ਫਰਿੱਜ ਉੱਤੇ ਜਾ ਕੇ ਝਾਤੀ ਮਾਰਿਓ ਅੱਜ, ਜੇ ਨਹੀਂ ਸਫਾਈ ਤਾਂ ਸਾਫ਼ ਕਰਿਓ, ਉਹ ਆਪਣਾ ਫਰਿੱਜ ਸਾਫ਼ ਯਾਰ ਉੱਤੇ ਸਾਫ਼ ਤਾਂ ਕਰ ਦਿਓ ਯਾਰ, ਰੀਲ ਤੋਂ ਪਤਾ ਲੱਗਦੀਆਂ ਚੀਜ਼ਾਂ। ਅੱਜ ਆਹ ਸਾਫ਼ ਕੀਤਾ, ਚਲੋ ਫਰਿੱਜ ਵੀ ਕਰ ਲਿਓ ਯਾਰ, ਅੰਦਰ ਜਿਹੜੇ ਉਹ ਫਲ ਫਰੂਟ ਪਏ ਆ ਉਹ ਜੇ ਠੀਕ ਆ ਤਾਂ ਖਾ ਲਓ। ਸਿਡੀ ਕੇ ਸਾਹਮਣੇ ਬਾਈ ਜੈਪਨੀਜ਼ ਵਰਡ ਲਿਖੇ ਹੋਏ ਹੈਂ, ਆਪ ਇਹ ਵੀ ਸਿਡੀ ਕੋ ਜੈਪਨੀਜ਼ ਵਰਡ ਕੇ ਸਾਥ ਦੇਖੋ ਔਰ ਕਮੈਂਟ ਕਰਕੇ ਬਤਾਓ ਬਾਈ ਆਪਕਾ ਜੈਪਨੀਜ਼ ਨੇਮ ਕਿਆ ਹੋਗਾ। ਅਬ ਦੇਖੋ, ਅੱਛਾ ਇਹ ਜੈਪਨੀਜ਼ ਵਰਡ ਲਿਖੇ ਹੋਏ ਆ ਵੀ ਤੁਹਾਡਾ ਨਾਮ, ਅਪਰ ਆਪਾਂ ਕੈਲਕੂਲੇਸ਼ਨ ਕਰਕੇ ਦੇਖੀਏ ਵੀ ਕੀ ਬਣੂਗਾ। ਜਿਵੇਂ ਮੇਰਾ ਨਾਮ ਆ ਅਮਨ, AMAN, ਏ ਦਾ ਬਣਦਾ ਕਾ, ਐਮ ਦਾ ਬਣਦਾ ਰਿਨ, ਫਿਰ ਕਾ, ਫਿਰ ਐਨ ਕਿੱਥੇ ਤੂੰ, ਕਾਰਿਨ ਕਾਤੂ, ਕਾਰਿਨ ਖਾਤੂ, ਕਾਰਿਨ ਕਾਰਿਨ ਕਾਤੂ, ਕਾਰਿਨ ਕਾਤੂ, ਹੈਲੋ ਵੈਲਕਮ ਟੂ ਕਾਰਿਨ ਕਾਤੂ ਸ਼ੋ, ਕਾਰਿਨ ਕਾਤੂ। ਸੋ ਰੈਂਡਮ 3 ਨਾਮ ਲੈਣਾ, ਸ਼ਾਇਦ ਤੁਹਾਡਾ ਜਿਹੜਾ ਦੇਖਦਾ ਪਿਆ ਵੀਡੀਓ ਉਹਦਾ ਨਿਕਲ ਜੇ। ਇੱਕ ਕੋਈ ਪੰਜਾਬੀ ਨਾਮ ਦੱਸੋ ਜਿਹੜਾ ਬਹੁਤ ਜਾਣਿਆ ਦਾ ਹੁੰਦਾ, ਜਲਦੀ ਦੱਸ ਵੀਡੀਓ ਚੱਲਦੀ ਬਈ। ਅਮ ਹੋ ਗਿਆ ਅਮਨ, ਹੋਰ ਪ੍ਰਿੰਸ, ਪ੍ਰਿੰਸ ਵੀ ਤਾਂ ਹੁੰਦਾ ਹੀ ਆ ਕਿੰਨਿਆਂ ਦਾ, ਜਣੇ ਖਣੇ ਦਾ ਪ੍ਰਿੰਸ, ਕੋਈ ਖੂਹ 'ਚ ਡਿੱਗ ਗਿਆ ਸੀ ਪ੍ਰਿੰਸ, ਕੋਈ ਪ੍ਰਿੰਸ ਨਾ, ਇੰਨੇ ਪ੍ਰਿੰਸ ਨੇ। ਪ੍ਰਿੰਸ ਪੱਪਾ ਕਿੱਥੇ ਆ, ਪੱਪਾ ਕਿੱਥੇ ਆ, ਪੱਪਾ ਨਹੀਂ ਲੱਭਦਾ, ਪੀ ਹਾਂ, ਨੋ, ਪਹਿਲਾਂ ਨੋ ਆ, ਠੀਕ ਆ, ਆਰ ਰਾਰਾ ਸ਼ੀ, ਨੋ ਸ਼ੀ, ਨੋ ਸ਼ੀ, ਆਈ ਆਈ ਕੀ, ਨੋ ਸ਼ੀ, ਨੋ ਸ਼ੀ, ਪੀ ਆਰ, ਨੋ ਸ਼ੀ ਤੋ ਕੀ, ਨੋ ਸ਼ੀ ਤੋ ਕੀ, ਐਨ ਤੋ, ਪੀ ਆਰ ਆਈ, ਮੈਂ ਯਾਰ ਕਨਫਿਊਜ਼ ਹੋ ਗਿਆ ਯਾਰ। ਉਦੋਂ ਸਮਝਾਇਆ ਵੀ ਸੀ ਨਾ ਕਰਾ ਵਿਆਹ, ਅਗਲੀ ਰੀਲ ਵਿਆਹ ਦੀ ਆ ਗਈ, ਤੇਰੀ ਭੈਣ, ਕੌਣ ਕੌਣ ਵਿਆਹ ਹੋਇਆ ਕਪਲ ਦੇਖ ਰਿਹਾ ਵੀ ਤੁਸੀਂ ਜੇ ਹੈਲਪ ਕਰਾਉਂਦੇ ਹੋ ਆਪਣੀ ਵਾਈਫ ਦੀ ਭਾਂਡੇ ਭੁੰਡੇ ਧੋਣ ਨੂੰ, ਤਾਂ ਇਹੀ ਹਾਲ ਹੁੰਦਾ ਵਾ। ਐਕਚੁਲੀ ਪਤਾ ਕੀ ਹੁੰਦਾ ਵੀ ਇੱਕ ਵਾਰ ਕਹੀਦਾ ਵੀ ਸਾਰੇ ਭਾਂਡੇ ਦੇ ਦਿਓ ਵੀ ਅਸੀਂ ਧੋ ਦਿੰਦੇ ਹਾਂ, ਜਦੋਂ ਭਾਂਡੇ ਧੋਤੇ ਸਾਰੇ, ਉਸ ਤੋਂ ਬਾਅਦ ਕੋਈ ਭਾਂਡਾ ਰੱਖਦਾ ਉਹ ਤਾਂ ਬੜੀ ਖਿੱਚ ਚੜ੍ਹਦੀ ਆ ਯਾਰ, ਮੈਂ ਸਾਰੇ ਧੋਤੇ ਪਹਿਲਾਂ ਕਿਉਂ ਨਹੀਂ ਲਿਆਇਆ ਤੂੰ? ਅੱਜ ਬੜੀਆਂ ਘਰੇਲੂ ਜਿਹੀਆਂ ਰੀਲਾਂ ਆ ਰਹੀਆਂ ਨਾ। ਅੱਛਾ ਉਹ ਇੱਟ ਤੇ ਠੇਡਾ ਵੱਜਿਆ, ਉਹ ਕਨੇਡਾ ਪਹੁੰਚ ਗਿਆ ਬਾਈ, ਇੱਟ ਲੱਭੋ ਕਿੱਥੇ, ਉਹ ਟੇਡੇ ਵਾਲੀ ਜਿਹੜੀ ਕਨੇਡਾ।
ਕਮੈਂਟ ਪੜ੍ਹਦੇ ਬੜੇ ਜ਼ਬਰਦਸਤ ਆਏ ਹੋਣੇ, ਮੋਸਟ ਐਕਸਪੈਂਸਿਵ ਰੀਲ ਬਾਈ ਆਹ ਇੱਟ ਚਾਹੀਦੀ ਆ। ਮੈਂ ਵੀ ਦੇਖਿਆ ਉਹ ਇੱਟ ਕਿੱਥੇ ਆ ਜਾਏ ਜਿੱਥੇ ਠੇਡਾ ਲਾ ਕੇ, ਗੋਹੇ 'ਚ ਠੇਡਾ ਨਹੀਂ ਵੱਜਿਆ, ਹਾਂ 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 ਲੱਕੀ ਠੇਡਾ ਬਰੋ, ਇੱਟ ਵਾਜ਼ ਸਮੂਥ ਜਾਦੂ ਹੀ ਇੱਟ ਲਵਾਓ ਠੇਡਾ ਜਾਓ ਕਨੇਡਾ। ਐ ਬੜਾ ਹੁੰਦਾ ਨਾ, ਪੁੱਛਦੇ ਰਹਿਣਗੇ ਵੀ ਘਰਦੇ ਰੋਟੀ ਹੋਰ ਚਾਹੀਦੀ, ਹੋਰ ਬਣਾ ਦਾ, ਹੋਰ ਚਾਹੀਦੀ, ਹੋਰ ਚਾਹੀਦੀ, ਨਹੀਂ ਨਹੀਂ ਖਾਣੀ ਬਸ, ਹੋ ਗਿਆ ਹੋ ਗਿਆ, ਫਿਰ ਇੱਕਦਮ ਹੁੰਦਾ ਚਲੋ ਲਿਆਈ ਦਿਓ, ਫਿਰ ਇੱਕ ਉਦੋਂ ਫਿਰ ਵੇਲਣਾ ਹੀ ਹੁੰਦਾ। ਆਪਕੋ ਫੋਟੋ ਮੈਂ ਸਾਰੀ ਪਲੇਟੇ ਉਲਟੀ ਦਿਖਾਈ ਦੇ ਰਹੀ ਹੋਗੀ, ਲੇਕਿਨ ਜੈਸੇ ਹੀ ਆਪਕੋ ਇੱਕ ਪਲੇਟ ਸੀਧਾ ਦਿਖੇਗਾ ਸਾਰੀ ਪਲੇਟੇ ਸੀਧੇ ਹੋ ਜਾਏਗੀ। ਕਿਸ ਕਿਸ ਕੇ ਸਾਥ ਐਸਾ ਹੁਆ ਕਮੈਂਟ ਕੀਜੀਏ। ਆਪਕੋ ਫੋਟੋ ਮੈਂ ਸਾਰੀ ਪਲੇਟੇ ਉਲਟੀ ਦਿਖਾਈ, ਮੈਨੂੰ ਤਾਂ ਹਜੇ ਵੀ ਪੁੱਠੀਆਂ ਦਿਖੀ ਜਾਂਦੀਆਂ, ਉਹ ਵਿੱਚ ਸਿੱਧੀਆਂ ਹੋਈਆਂ ਸੀ, ਇਹ ਸਿੱਧੀਆਂ ਹੋ ਗਈਆਂ, ਹੁਣ ਪੁੱਠੀਆਂ ਹੀ ਨਹੀਂ ਹੋ ਰਹੀਆਂ ਯਾਰ। ਇਹ ਤਾਂ ਤੁਹਾਡੇ ਨਾਲ ਵੀ ਇੱਦਾਂ ਹੋ ਰਿਹਾ ਵੀ ਇੱਕ ਵਾਰ ਪਲੇਟ ਦੇਖੀ ਉਹ ਸਿੱਧੀ ਹੋ ਗਈ ਫਿਰ ਪੁੱਠੀ ਹੋ ਗਈ। ਨਹੀਂ ਹੱਟਦੇ ਬਰੋ ਕੰਜਰ ਯਾਰ ਨੂੰ ਟੈਗ, ਉਹਦੀ ਬਾਹਾਂ ਵਿਚਾਰੇ ਦੀ ਫ੍ਰੈਕਚਰ ਹੋਈ ਆ, ਉਹਦਾ ਆੜੀ ਆ ਕੇ ਇੱਦਾਂ ਤਾਂ ਕਰੀ ਜਾਂਦਾ, ਕਹਿੰਦਾ ਤੂੰ ਕਰਕੇ ਦਿਖਾ। ਖੇਡਦਾ ਨਾ ਕੀ ਆ ਇਹ, ਇਹ ਖੇਡਦਾ ਨਾ ਕੀ ਆ, ਇਹ ਖੇਡ ਕੌਣ ਕੌਣ ਖੇਡਦਾ ਇਹਨੂੰ? ਸਾਡੇ ਲੁਧਿਆਣੇ ਤਾਂ ਅਸੀਂ ਖੇਡਦੇ ਹੁੰਦੇ ਸੀ ਬਚਪਨ ਵਿੱਚ, ਇਹਨੂੰ ਬਾਂਝੀ ਕਹਿੰਦੇ ਸੀ। ਬਾਂਝੀ ਖੇਡੀ ਆ, ਠੀਕ ਆ, ਕਮੈਂਟ 'ਚ ਦੱਸਿਓ ਯਾਰ ਇਹਨੂੰ ਬਾਂਝੀ ਕਹਿੰਦੇ ਆ ਵੀ ਤੁਹਾਡੇ ਮੁਲਕ ਵਿੱਚ ਜਾਂ ਜਿੱਥੇ ਤੋਂ ਦੇਖਦੇ ਹੋ ਜਾਂ ਤੁਹਾਡੇ ਸ਼ਹਿਰ ਵਿੱਚ ਇਹ ਖੇਡ ਨੂੰ ਕੀ ਕਹਿੰਦੇ ਨੇ? ਬਾਕੀ ਡਾਕਟਰ ਡਾਕਟਰ ਕਹਿੰਦੇ ਖੇਲਿਆ। ਸਿਚੁਏਸ਼ਨ ਕੋਈ ਵੀ ਹੋ ਸਕਦੀ ਹੈ ਤੁਹਾਡੀ ਲਾਈਫ ਦੇ ਵਿੱਚ, ਪਰ ਜੇ ਤੁਸੀਂ ਆਪਣੇ ਆਪ 'ਤੇ ਤੁਹਾਡਾ ਕੰਟਰੋਲ ਹੈ, ਜੇ ਤੁਹਾਡਾ ਆਪਣਾ ਐਲਗੋਰਿਦਮ ਜਿਹੜਾ ਆ ਤੁਹਾਡੀ ਬੋਡੀ ਦਾ, ਉਹ ਤੁਹਾਨੂੰ ਉਹੀ ਫੀਡ ਕਰੂਗਾ ਜੋ ਤੁਸੀਂ ਸੋਚੋਗੇ। ਜੇ ਤੁਸੀਂ ਚੰਗਾ ਸੋਚੋਗੇ, ਖੁਸ਼ ਰਹੋਗੇ, ਤੁਸੀਂ ਕਹੋਗੇ ਮੈਂ ਹਮੇਸ਼ਾ ਓਕੇ ਹਾਂ ਅਤੇ ਮੈਂ ਚੜ੍ਹਦੀ ਕਲਾ 'ਚ, ਤੁਸੀਂ ਚੜ੍ਹਦੀ ਕਲਾ 'ਚ ਹੀ ਰਹਿਣਾ। ਬਾਬਾ ਯਾਰ ਬਹੁਤ ਹੋ ਗਿਆ ਹੁਣ, ਕਦੋਂ ਤੱਕ ਮੈਂ ਆਪਣੇ ਆਪ ਨੂੰ ਇਹੀ ਸਮਝਾਉਂਦਾ ਰਹੂੰਗਾ ਕਿ ਜਦ ਕਿਸਮਤ ਹੋਵੇ ਚੁੱਡੂ ਤਾਂ ਕੀ ਕਰੇਗਾ ਬੋਰਨਵੀਟੇ ਦਾ ਦੁੱਧੂ? ਸਿਚੁਏਸ਼ਨ ਦੇਖੋ, ਸਿਆਣੀ ਗੱਲ ਕੀਤੀ ਆ ਵੀ ਕਹਿੰਦੇ ਜੋ ਸੋਚਦੇ ਆ ਉੱਦਾਂ ਹੀ ਹੁੰਦਾ ਵਾ, ਵੀ ਚੰਗਾ ਸੋਚੋ ਤਾਂ ਚੰਗੀ ਚੀਜ਼ਾਂ ਹੁੰਦੀਆਂ ਨੇ। ਅਤੇ ਮੈਨੂੰ ਲੱਗਦਾ ਪੰਜਾਬ ਦੇ ਕਾਫੀ ਮੁੰਡੇ ਸੋਚਦੇ ਹੀ ਰਹਿੰਦੇ ਆ ਵੀ ਹਾਂ ਚੰਗਾ ਹੋਊ, ਚੰਗਾ ਹੋਊ, ਚੰਗਾ ਹੋਊਗਾ ਬਈ, ਲੇਕਿਨ ਕਿਰਤ ਵੀ ਕਰਨੀ ਪੈਂਦੀ ਆ, ਕੰਮ ਵੀ ਕਰਨਾ ਪੈਂਦਾ ਵਾ। ਬਾਕੀ ਵਧੀਆ ਗੱਲ ਆ ਵੀ ਚੰਗਾ ਸੋਚੋ ਅਤੇ ਚੰਗਾ ਹੁੰਦਾ। ਸੋ ਅੱਜ ਦੀ ਰੀਲ ਦੱਸਿਓ, ਅੱਜ ਦੀ ਵੀਡੀਓ ਦੱਸਿਓ ਯਾਰ ਕਿਵੇਂ ਦੀ ਲੱਗੀ। ਸੋ ਇੱਦਾਂ ਹੀ ਆਪਾਂ ਰੀਲਸ 'ਤੇ ਰਿਐਕਟ ਕਰਿਆ ਕਰਾਂਗੇ ਅਲੱਗ ਅਲੱਗ ਵੀਡੀਓਜ਼ 'ਤੇ, ਥੋੜ੍ਹੀ ਛੋਟੀ ਬਣਾਈ ਸੀ ਤਾਂ ਕਿ ਕਾਫੀ ਦੇਰ ਬਾਅਦ ਵੀਡੀਓ ਬਣਾ ਰਿਹਾ, ਜੇਕਰ ਤੁਸੀਂ ਇਹ 'ਤੇ ਕਲਿੱਕ ਕਰਤਾ ਥੈਂਕ ਯੂ ਸੋ ਮੱਚ। ਅਤੇ ਕੱਲ੍ਹ ਵੀ ਵੀਡੀਓ ਆ ਜਾਣੀ ਆ ਸਵੇਰੇ 11 ਵਜੇ, ਪਰਸੋਂ ਵੀ ਆ ਜਾਣੀ ਆ ਸਵੇਰੇ 11 ਵਜੇ, ਅਤੇ ਉਸ ਤੋਂ ਨਰਸੋਂ ਵੀ ਆ ਜਾਣੀ ਆ 11 ਵਜੇ, ਅਤੇ ਤਰਸੋਂ ਵੀ ਆ ਜਾਣੀ ਆ 11 ਵਜੇ। ਅਤੇ ਅਮਨ ਔਜਲਾ ਲਾਈਵ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, 90,000 ਸਬਸਕ੍ਰਾਈਬਰ ਹੋ ਗਏ, 10,000 ਕੇਵਲ ਸਬਸਕ੍ਰਾਈਬਰ ਰਹਿ ਗਏ, 1,00,000 ਕਰਾ ਦਿਓ ਯਾਰ, ਮਾਰਚ ਮਹੀਨਾ ਪੂਰਾ ਵੀਡੀਓਜ਼ ਮਿਲਣਗੀਆਂ। ਚਲੋ ਗਾਇਜ਼ ਮੈਂ ਲੈਣਾ ਤੁਹਾਡੇ ਤੋਂ ਇਜਾਜ਼ਤ, ਮਿਲਦਾ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਕਿੱਦਾਂ ਫਿਰੇ।